ਅਤੇ ਤਮੋ ਗੁਣੀ ਦੀ ਪਹਿਚਾਣ ਹਰ ਵਕਤ ਆਲਸ ਦੇ ਚ ਨਿੰਦਰਾ ਦੇ ਚ ਫੁਰਤੀਲਾਪਣ ਉਹਦੇ ਚ ਹੋਵੇਗਾ ਨਹੀਂ। ਕਰਮ ਕੁਛ ਵੀ ਨਹੀਂ ਕਰੇਗਾ, ਮੰਗ ਬਹੁਤ ਜ਼ਿਆਦਾ ਹੋਵੇਗੀ ਅਤੇ ਜਦ ਮੰਗ ਦੀ ਪੂਰਤੀ ਨਾ ਹੋਈ ਤਾਂ ਹਰ ਵਕਤ ਕ੍ਰੋਧ ਦੇ ਨਾਲ ਜਲੇਗਾ। ਇਹਨੂੰ ਕਹਿੰਦੇ ਨੇ ਤਮੋ ਗੁਣੀ। ਤਮੋ ਗੁਣ ਸਾਰੀ ਦੁਨੀਆਂ ਦੇ ਚ ਪ੍ਰਧਾਨ ਹੈ। ਉਹਨੇ ਫਿਰ ਸਾਫ ਕਹਿ ਦਿੱਤਾ, ਬਜ਼ੁਰਗੀ ਬਾ ਅਕਲਸਤ ਨਖੇ ਬਾ ਸਾਲ, ਤਵੰਗਰੀ ਬਾ ਦਿਲਸਤ ਨਖੇ ਬਾ ਮਾਲ। ਬਜ਼ੁਰਗੀ ਅਕਲ ਤੋਂ ਹੈ, ਨਖੇ ਉਮਰ ਤੋਂ ਹੈ। ਸਰੀਰ 70 ਸਾਲ ਦਾ ਹੋ ਗਿਆ ਅਤੇ ਅਕਲ ਵੀ 70 ਸਾਲ ਦੀ ਹੋਵੇ, ਨਹੀਂ ਹੋ ਸਕਦੇ ਅਕਲ 3-4 ਸਾਲ ਦੀ ਹੋਵੇ। ਜਦ 70 ਸਾਲ ਦਾ ਕੋਈ ਬਜ਼ੁਰਗ ਗੁਰਦੁਆਰੇ ਆਉਂਦਾ ਹੋਇਆ ਰੋਜ਼ ਪੁੱਛ ਲੈਂਦਾ, ਗਿਆਨੀ ਜੀ ਮੂਲ ਮੰਤਰ ਕਿੱਥੇ ਤੱਕ ਹੈ, ਗੁਰਮੰਤਰ ਕਿਹੜਾ ਹੈ, ਤਾਂ ਮੈਂ ਹੈਰਾਨ ਹੋ ਜਾਂਦਾ, ਇਤਨੇ ਸਾਲਾਂ ਦਾ ਕਰਦਾ ਕੀ ਪਿਆ, ਫਿਰ ਕੀ ਕਰ ਰਿਹਾ ਤੂੰ, ਅਜੇ ਤੂੰ ਮੰਤਰ ਪੁੱਛਦਾ ਪਿਆ, ਜਪੇਗਾ ਕਦੋਂ ਅਤੇ ਪਹੁੰਚੇਗਾ ਕਦੋਂ, ਇਹ ਤਾਂ ਬਚਪਨਾ ਹੋਇਆ, ਇਹ ਤਾਂ ਬਚਪਨਾ ਹੋਇਆ। ਬਜ਼ੁਰਗੀ ਬਾ ਅਕਲਸਤ ਨਖੇ ਬਾ ਸਾਲ, ਤਵੰਗਰੀ ਬਾ ਦਿਲਸਤ ਨਖੇ ਬਾ ਮਾਲ। ਧਨ ਸੰਪਦਾ ਮਾਲ ਅਸਬਾਬ ਤੋਂ ਅਮੀਰੀ ਨਹੀਂ ਨਾਪੀ ਜਾਂਦੀ, ਇਹਦੇ ਕੋਲ ਮਕਾਨ ਕਿਤਨੇ ਨੇ, ਇਹਦੇ ਕੋਲ ਕਾਰੋਬਾਰ ਕਿਤਨਾ, ਇਹਦੇ ਕੋਲ ਬੈਂਕ ਬੈਲੈਂਸ ਕਿਤਨਾ, ਇਹਦੇ ਕੋਲ ਧਨ ਸੰਪਦਾ ਕਿਤਨੀ ਹੈ, ਅਮੀਰੀ ਦੀ ਇਹ ਪਹਿਚਾਣ ਨਹੀਂ। ਅਮੀਰੀ ਦੀ ਇਹ ਪਹਿਚਾਣ ਇਹਦੇ ਕੋਲ ਦਿਲ ਕਿਤਨਾ। 16 ਕਮਰਿਆਂ ਦਾ ਮਕਾਨ ਹੈ, ਮਾਂ ਵਾਸਤੇ ਥਾਂ ਕੋਈ ਨਹੀਂ, ਦਿਲ 'ਤੇ ਇਤਨਾ ਵੀ ਕੋਈ ਨਹੀਂ। ਆਪ ਲੱਖਾਂ ਕਰੋੜਾਂ 'ਚ ਖੇਡਦਾ ਹੈ, ਭਰਾ ਧੱਕੇ ਖਾ ਰਿਹਾ, ਦਿਲ 'ਤੇ ਇਤਨਾ ਵੀ ਨਹੀਂ ਕਿ ਭਰਾ ਵਾਸਤੇ ਥਾਂ ਹੋਵੇ। ਇਹ ਮਨੁੱਖ ਗਰੀਬ ਹੈ, ਅਮੀਰ ਨਹੀਂ ਹੈ। ਮਾਲ ਅਸਬਾਬ ਤੋਂ ਅਮੀਰੀ ਨਹੀਂ ਨਾਪਣੀ ਚਾਹੀਦੀ, ਦਿਲ ਤੋਂ ਨਾਪਣੀ ਚਾਹੀਦੀ, ਦਿਲ ਕਿੰਨਾ ਹੈ। ਬਜ਼ੁਰਗੀ ਉਮਰ ਤੋਂ ਨਹੀਂ ਨਾਪਣੀ ਚਾਹੀਦੀ, ਅਕਲ ਤੋਂ ਨਾਪਣੀ ਚਾਹੀਦੀ। ਚਾਣਕ ਨੇ ਇਹ ਖਿਆਲ ਦਿੱਤਾ ਕਿ ਜਿਹਦੀ ਉਮਰ 35 ਸਾਲ ਨਹੀਂ, ਉਹਨੂੰ ਸਮਾਜ ਧਰਮ ਅਤੇ ਰਾਜਨੀਤੀ ਦਾ ਮੁਖੀ ਨਾ ਬਣਾ। ਉਹਦੀਆਂ ਗੱਲਾਂ 'ਚ ਕਚਿਆਈ ਹੋਵੇਗੀ, ਉਹਦੀ ਦ੍ਰਿਸ਼ਟੀ ਦੂਰ ਤੱਕ ਨਹੀਂ ਜਾਏਗੀ, ਉਹਦੇ ਬੋਲ ਬੜੇ ਕੱਚੇ ਹੋਣਗੇ। ਖੈਰ, ਚਾਣਕ ਦਾ ਇਹ ਖਿਆਲ ਕਿਸੇ ਹੱਦ ਤੱਕ ਠੀਕ ਹੋਵੇ, ਪੂਰਨ ਤੌਰ 'ਤੇ ਨਹੀਂ ਹੈ। ਦੁਨੀਆਂ ਦੇ 'ਚ ਬੱਚੇ ਹੋਏ ਨੇ ਜੋ ਪੂਰਨ ਭਗਤ ਹੋਏ ਨੇ, ਬੱਚੇ ਹੋਏ ਨੇ ਜੋ ਪੂਰਨ ਸ਼ਹੀਦ ਹੋਏ ਨੇ, ਬੱਚੇ ਹੋਏ ਨੇ ਜੋ ਬਹੁਤ ਸਿਆਣੇ ਹੋਏ ਨੇ। ਔਰ ਦੁਨੀਆਂ ਦੇ ਸਾਰੇ ਕੇ ਇਤਿਹਾਸ ਦੇ 'ਚ ਸਾਡੇ 5 ਸਾਲ ਦੇ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਵਕਤ ਦੇ ਧਾਰਮਿਕ ਰਹਿਵਰ, ਕਲਯੁਗ ਦੇ ਅਵਤਾਰੀ ਪੁਰਸ਼, ਇੱਥੇ ਸਰੀਰਕ ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ, ਜੋਤ ਦੀ ਗੱਲ ਹੈ। ਮਨੁੱਖੀ ਬੱਚੇ ਦਾ ਜਨਮ ਹੋਇਆ ਪਰ ਸਰੀਰਕ ਜੀਵਨ ਹੈ ਇਸਦੇ ਕੋਲ, ਨਾ ਸਮਾਜ, ਨਾ ਰਾਜਨੀਤੀ ਅਤੇ ਨਾ ਹੀ ਧਰਮ, ਕੁਛ ਵੀ ਨਹੀਂ ਹੈ।
ਕੁਛ ਵੀ ਨਹੀਂ।